بسم اللہ الرحمن الرحیم یا کا نعبد و یا کا نستعین اس نوں پہلا پنج کستا ہو گئی نا ਸਾڈیاں تے او جے دے وچ سارے جننے وی پنجابی نال پیار کرن والے ماں بولی زبان نال پیار کرن والے اساں پچھلے دناں دے وچ لاہور گئے اساں ناں داوا صاحب جی اوتھے ارফান بھنڈر صاحب نے انہاں نے بڑا اس ਸਾਡੇ ਪ੍ਰੋਗਰਾਮ ਅਨੁਸਾਰ ਆਰੋ ਪੰਜਾਬ ਦੇ ਜੱਟ ਫੈਡਰੇਸ਼ਨ ਦੇ ਸਦਰ ਨੇ ਉਹ ਮਾਂ ਬੋਲੀ ਜ਼ਬਾਨ ਤੇ ਉਹਨਾਂ ਨੇ ਬੜਾ ਹੀ ਕੰਮ ਕੀਤਾ ਔਰ ਇਸ ਖਿੱਤੇ ਦੇ ਵਿੱਚ ਜ਼ਬਾਨ ਦੇ ਉੱਤੇ ਉਹ ਬੜਾ ਕੁਝ ਕਰਦੇ ਨੇ ਲੇਕਿਨ ਇਹਦੇ ਵਿੱਚ ਉਹਨਾਂ ਨੇ ਇਹਦਾ ਸਾਡਾ ਉਹਨਾਂ ਨੇ ਜਿੱਥੇ ਜਿੱਥੇ ਸਾਨੂੰ ਉਹ ਜ਼ਰੂਰਤ ਪਵੇਗੀ ਉਹ ਕਹਿੰਦੇ ਨੇ ਮੈਂ ਹਾਜ਼ਰ ਵੇਲੇ ਹਾਜ਼ਰ ਹਾਂ ਤੇ ਲੇਕਿਨ ਉਹਨਾਂ ਦਾ ਇੱਕ ਉਹ ਵੀ ਇਸ ਖਿਆਲ ਦੇ ਬੰਦੇ ਨੇ ਔਰ ਇਸ ਨੂੰ ਇਹ ਹੀ ਤੇ ਔਰ ਹੀਰ ਜਿਹੜੀ ਹੈ ਨਾ ਬਾਕੀ ਵੀ ਤੇ ਸ਼ਾਇਰਾਂ ਨੇ ਬੜਾ ਕੁਝ ਲਿਖਿਆ ਹੈ ਬੜਾ ਉਹਨਾਂ ਨੇ ਕੀਤਾ ਲੇਕਿਨ ਪੀਰ ਵਾਰਿਸ ਸ਼ਾਹ ਦੀ ਹੀਰ ਦੇ ਪਿੱਛੇ ਕਿਸੇ ਏਡੀ ਹੀਰ ਚੰਗੀ ਕਿਸੇ ਨੇ ਲਿਖੀ ਤੇ ਮੈਂ ਤੇ ਅਗੋਂ ਹੁਣ ਪੰਜ ਕਿਸਤਾ ਹੋ ਗਿਆ ਨਾ ਤੇ ਛੇਵੀਂ ਕਿਸਤ ਵਾ ਰੰਧਾਵਾ ਸਾਹਿਬ ਫਿਰ ਇਹ ਉਹ ਤੇ ਹੋ ਗਏ ਨਾ ਤੇ ਛੇਵੀਂ ਕਿਸਤ ਦਾ ਲੋਨ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਮੈਂ ਆਪਣੇ तमाम ਪੰਜਾਬੀ ਵੀਰਾਂ ਦਾ ਭਰਾਵਾਂ ਦਾ ਵੱਖ-ਵੱਖ ਦੇਸਾਂ ਚ ਜਿੱਥੇ-ਜਿੱਥੇ ਬੈਠੇ ਨੇ ਮੈਂ ਸਭ ਦਾ ਦਿਲੋਂ ਧੰਨਵਾਦ ਕਰਨਾ ਔਰ ਬਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਸਾਨੂੰ ਹੌਸਲਾ ਫਜ਼ਾਈ ਸਾਡੀ ਕੀਤੀ ਹੈ ਤੇ ਅਸੀਂ ਪਹੁੰਚੇ ਹਾਂ ਉਥੇ ਕਿ ਜਿੱਥੇ ਰਾਂਝਾ ਤੇ ਹੀਰ ਆਪਸ ਦੇ ਵਿੱਚ ਸ਼ੀਰੋ ਸ਼ਕਰ ਹੋ ਗਏ ਇੱਕ ਦੂਜੇ ਨਾਲ ਰਾਜ਼ੀ ਹੋ ਗਏ ਤੇ ਮਤਾ ਪਕਾ ਲਿਆ ਉਹਨਾਂ ਨੇ ਕਿ ਆਪਾਂ ਅਗਲਾ ਪਲਾਨ ਉਹਨਾ ਬਣਾ ਲਿਆ ਵੀ ਅਸੀਂ ਕੀ ਕਰਨਾ ਹੈ ਤੋ ਉਹਦੇ ਵਿੱਚ ਉਹ ਰਾਜਾ ਉਹਨੂੰ ਦੱਸਿਆ ਪਿਛਲੇ ਦੇ ਵਿੱਚ ਕਿ ਆਂਦਾ ਕਿ ਮੈਂ ਤਾਂ ਰੁੱਝ ਰਵੇਂ ਸੇਲੀਆਂ ਦੇ ਨਾਲ ਤੂੰ ਤਰੀਂਣਾ ਦੇ ਵਿੱਚ ਤੇ ਤੈਨੂੰ ਮੇਰਾ ਚੇਤਾ ਹੀ ਭੁੱਲ ਜਾਵੇ ਤੋ ਉਸ ਤੋਂ ਅੱਗੇ ਮੈਂ ਗੱਲ ਨੂੰ ਲੈ ਕੇ ਤੁਰਾਂਗਾ ਸਾਰੀਆਂ ਗੱਲਾਂ ਬਾਤਾਂ ਹੀ ਭੁੱਲ ਜਾਵੇਂ ਘਰ ਜਾ ਕੇ ਆ ਮੈਂ ਮਾਲ ਚਰਾਉਣ ਜੋਗਾ ਹੀ ਨਾ ਰਹਿ ਜਾਵਾਂ ਆ ਗੰਗਾ ਮੈਂ ਮੱਝੇ ਚਾਰਾਂ ਦਾ ਡੰਗਰ ਚਾਰਨ ਜੋਗਾ ਹੀ ਨਾ ਰਹਿ ਜਾਵਾਂ ਆ ਜਿਹੜੇ ਮੈਂ ਸੋਟੀ ਤੂੰ ਫੜਾਈ ਜਨੀ ਉਹ ਗੱਲਾਂ ਬਿਲਕੁਲ ਅਲੱਗ ਵਿਸ਼ਾ ਪਰਤ ਕੇ ਗੱਲ ਕਰ ਬਿਲਕੁਲ ਨਾਲ ਲਾਵੇਂ ਤੇ ਉਹ ਈਰ ਜਿਹੜਾ ਉਹ ਉਹਨੂੰ ਹਲਫ਼ ਦਿੰਦੀ ਏ ਰਾਜੇ ਨੂੰ ਹਲਫ਼ ਦਿੰਦੀ ਏ ਈਰ ਤੇ ਪੀਰ ਸੈਦ ਪਾਕ ਲਿਖਦੇ ਨੇ ਕਿ ਜਿਵੇਂ ਉਹ ਹਲਫ਼ ਦਿੰਦੀ ਏ ਹਾਂਜੀ ਕਿ ਮੈਨੂੰ ਬਾਬਲੇ ਦੀ ਕਸਮ ਰਾਂਝਾ ਵੇ ਵਾਹ ਜੀ ਵਾਹ ਮੈਨੂੰ ਬਾਬਲੇ ਦੀ ਕਸਮ ਰਾਂਝਾ ਵੇ ਮਰੇ ਮਾਂ ਜੇ ਤੁੱਦ ਥੀ ਮੁਖ ਮੋੜਾਂ ਤੇਰੇ ਬਾਝੋਂ ਤਾਮ ਹਰਾਮ ਮੈਨੂੰ ਤੇ ਤੁੱਦ ਬਾਜ ਨਾ ਨੈਣ ਨਾ ਅੰਗ ਜੋੜਾਂ ਤੇ ਖਾਜਾ ਖਿਜ਼ਰ ਤੇ ਬੈਠ ਕੇ ਕਸਮ ਖਾਦੀ ਥੀਵਾ ਖਵਾਰ ਜੇ ਪ੍ਰੀਤ ਦੀ ਰੀਤ ਤੋੜਾਂ ਕੋੜੀ ਹੋ ਕੇ ਨੈਣ ਪ੍ਰੈਣ ਜਾਵਣ ਤੇਰੇ ਬਾਝ ਮੈਂ ਕੌਣ ਤ ਜੇ ਹੋਰ ਲੋੜਾਂ ਤੇ ਇਹ ਕੌਲ ਨਾ ਤੋੜ ਸਮ ਆਈਆ ਵੇ ਵਿੱਚ ਦੋਸਖਾਂ ਦੇ ਭਾਵੇਂ ਜਾਨ ਹੋੜਾਂ ਮਦਦ ਨਾਲ ਖੁਦਾ ਦੇ ਮੀਆਂ ਵਾਰਸ ਦਿਲੋਂ ਖੈਰ ਦਲੀਲਾਂ ਨੂੰ ਚਾਹ ਹੋੜਾਂ ਵੇਖੋ ਜੀ ਕਿੱਡਾ ਇਹਨਾਂ ਨੇ ਮਾਰਫਤ ਪਾ ਲਈ ਕਿ ਉਹਨੇ ਕਿਹਾ ਕਿ ਮੈਂ ਤੇ ਨਾ ਹਲਫ ਦੇਨੀ ਆ ਹਾਂਜੀ ਤੇ ਹੀਰ ਇਹਦੇ ਉੱਤੋਂ ਗੱਲ ਹੀ ਮੁੱਕ ਜਾਈ ਜੀ ਹੀਰ ਫਿਰ ਉਹ ਆ ਕੇ ਤੇ ਰਾਜੇ ਦੀ ਤਾਰੀਫ ਕਰਦੀ ਏ ਆਪਣੇ ਬਾਪ ਦੇ ਅੱਗੇ ਕਿ ਹੀਰ ਆਖਦੀ ਜਾ ਕੇ ਬਾਬਲਾ ਵੇ ਤੇਰੇ ਨਾਮ ਤੋਂ ਕੋਲ ਕਮਾਈਆਂ ਵੇ ਹੀਰ ਆਖਦੀ ਜਾ ਕੇ ਬਾਬਲਾ ਵੇ ਤੇਰੇ ਨਾਮ ਤੋਂ ਕੋਲ ਕਮਾਈਆਂ ਮੈਂ ਜਿਸ ਆਪਣੇ ਰਾਜ ਦੇ ਹੁਕਮ ਅੰਦਰ ਸੰਦਲਬਾਰ ਦੇ ਵਿੱਚ ਖੜਾਈਆਂ ਮੈਂ ਬਾਪ ਦੀ ਤਾਰੀਫ ਕਰਦੀ ਏ ਕਿ ਤੂੰ ਮੈਨੂੰ ਸੰਦਲਬਾਰ ਇਹ ਜਿਹੜੀ ਦੁੱਲੇ ਦੀ ਬਾਰ ਵੀ ਇਹਨੂੰ ਆਖਿਆ ਜਾਂਦਾ ਹੈ ਇਹ ਸੰਦਲਬਾਰ ਦੇ ਵਾਂਦੀ ਕਿ ਤੇਰੇ ਹੁਕਮ ਰਾਜ ਦੇ ਅੰਦਰ ਮੈਂ ਸੰਦਲਬਾਰ ਖੇਡੀਆਂ ਹੀਰ ਆਖਦੀ ਜਾ ਕੇ ਬਾਬਲਾ ਵੇ ਤੇਰੇ ਨਾਮ ਤੋਂ ਕੋਲ ਕਮਾਈਆਂ ਵੇ ਜਿਸ ਆਪਣੇ ਰਾਜ ਦੇ ਹੁਕਮ ਅnder ਸੰਦਲਬਾਰ ਦੇ ਵਿੱਚ ਖੜਾਈਆਂ ਵੇ ਤੇ ਮੇਰੀ ਜਾਨ ਬਾਬਲ ਜਿਵੇਂ ਧੂਲ ਰਾਜਾ ਮੇਰੀ ਜਾਨ ਬਾਬਲ ਜਿਵੇਂ ਧੂਲ ਰਾਜਾ ਤੇ ਮਾਹੀ ਮੱਜੀ ਦਾ ਢੂੰਡ ਲਿਆਈਆਂ ਮੈਂ ਵਾਰਿਸ ਸ਼ਾਹ ਪਿਆਰੜਾ ਸੋਹ ਦਾਂਦਾ ਵਾਹ ਜੀ ਸੋਹ ਦਾਂਦਾ ਲੱਭ ਲਿਆਂਦਾ ਤਲਾਸ਼ ਕਰਕੇ ਲਿਆਈਆਂ ਵਾਹ ਵਾਹ ਤੇ ਵਾਰਸ ਸ਼ਾਹ ਪਿਆਰਣਾ ਸੋਧ ਆਂਦਾ ਗੱਲਾਂ ਥੋੜੀਆਂ ਚਾ ਮੁਕਾਈਆਂ ਮੈਂ ਤੇ ਉਹ ਜਦੋਂ ਬਾਪ ਕੋ ਲੈ ਕੇ ਆਉਂਦੀ ਆ ਦੋਸਤ ਹਾਂਜੀ ਰਾਂਝੇ ਨੂੰ ਤੇ ਫਿਰ سید پاک ਉਹ ਲਿਖਦੇ ਨੇ ਕਿ ਬਾਪ ਹੱਸ ਕੇ ਪੁੱਛਦਾ ਇਕ ਕੌਣ ਹੁੰਦਾ ਤੇ ਇਹ ਮੁੰਡਾ ਕਿੱਤ ਸਰਕਾਰ ਦਾ ਹਾਏ ਹੱਥ ਲਾਇਆ ਇਹਦੇ ਪਿੰਡੇ ਤੇ ਦਾਗ ਪੈਂਦਾ ਏ ਹੋ ਤੇ ਮਜਿੰਦੇ ਨਹੀਂ ਜ਼ਰੂਕਾਰ ਦਾਏ ਤੇ ਰਗੋਂ ਕਹਿੰਦੀ ਏ ਕਿ ਸੁੱਕੜੀ ਚੱਤੜ ਤੇ ਅਕਲ ਦਾ ਇਕੂਟ ਨੱਦਾ ਮਾਲ ਬਹੁਤ ਸੰਭਾਲ ਕੇ ਚਾਰ ਦਾਏ ਇਹ ਹਿੱਕੇ ਨਾਲ ਪਿਆਰ ਦੇ ਹੂਂਗ ਦੇ ਕੇ ਤੇ ਸੋਟਾ ਸਿੰਘ ਤੇ ਮੂਲਨਾ ਓਏ ਮਾ ਹਿਰਦੈ ਤੇ ਮਾਲ ਆਪਣਾ ਜਾਣ ਕੇ ਸਾਹਬ ਲਿਆਵੇ ਕੋਈ ਕੰਮ ਨਾ ਕਰੇ ਵਗਾੜਦਾ ਹਾਏ ਮੱਸੇ ਨੂਰ ਅੱਲਾ ਦੇ ਮੁਖੜੇ ਤੇ ਤੇ ਪਿਆ ਰੱਬ ਹੀ ਰੱਬ ਚਤਾਰ ਦਾਇ ਤੇ ਵਿਚਕਾਰ ਹੁਸ਼ਿਆਰ ਦਿਨ ਰਾਤ ਰੈਂਦਾ ਕੋਈ ਵਿਚਕਾਰ ਹੁਸ਼ਿਆਰ ਦਿਨ ਰਾਤ ਰੈਂਦਾ ਏ ਰਈ ਈ ਖਈ ਨਾਮੂਲ ਵਿਸਾਰਦਾ ਹਏ ਸਬੇ ਰਈਆਂ ਰਵਨੀਆਂ ਖੁਬੀਆਂ ਤੇ ਕੱਢ ਖੋਬਿਓ ਫੇਰ ਮੁੜ ਓਏ ਤਾਰਦਾ ਏ ਤੇ ਨਾਲੇ ਸੂਰਤ ਦਾ ਬਹੁਤ ਮਲੂਕ ਦਿਸੇ ਨਾਲੇ ਬਹੁਤ ਹੀ ਅਕਲ ਵਿਚਾਰਦਾ ਆਏ ਮਾਰਸ ਜਿਨ੍ਹਾਂ ਨੂੰ ਹੋਰ ਨਾ ਤਾਂ ਕੋਈ ਤੇ ਕੰਮ ਤਿੰਨਾਂ ਦੇ ਆਪਸਵਾਰਦਾ ਏ ਇਹ ਰਾਂਝੇ ਦੀ ਤਾਰੀਫ ਹੀ ਨੇ ਕੀਤੀ ਹੈ ਬਾਕੀ ਸਮਝਣ ਵਾਲੇ ਵਾਰਸ ਦੇ ਰਾਂਝੇ ਨੂੰ ਇੱਥੋਂ ਸਮਝਣਗੇ ਕਿ ਤੇ ਬਾਪ ਨੇ ਹੀਰ ਦੀ ਜਿਹੜੀ ਅਰਜ਼ ਮਨਜ਼ੂਰ ਕੀਤੀ ਤੇ ਫਿਰ ਸੈਦ ਪਾਕ ਲਿਖਦੇ ਨੇ ਕਿ ਬਾਪ ਕਹਿੰਦਾ ਤੇਰਾ ਆਖਣਾ ਅਸਾਂ ਮਨਜ਼ੂਰ ਕੀਤਾ ਮੱਝੀਂ ਤੇ ਸੰਭਾਲ ਕੇ ਸਾਰੀਆਂ ਨਹੀਂ ਸਾਰੀਆਂ ਖਬਰਦਾਰ ਰਵੇ ਮੱਝੀ ਵੇ ਤੇ ਖੜ ਕੇ ਬੇਲੇ ਵਿੱਚ ਮੁਸੀਬਤਾਂ ਭਾਰੀਆਂ ਨਹੀਂ ਇਹ ਤਬਾ ਦਾ ਬਹੁਤ ਮਲੂਕ ਚੰਚਲ ਤੇ ਮਈ ਵਾਲ ਹੋਣਾ ਗੱਲਾਂ ਭਾਰੀਆਂ ਨਹੀਂ ਦਿਨੇ ਰਾਤ ਫਿਰਨਾ ਵਿੱਚ ਬੇਲਿਆਂ ਦੇ ਮਗਰ ਮੱਝੀਆਂ ਬਹੁਤ ਖਵਾਰੀਆਂ ਨਹੀਂ ਤੇਰੇ ਕਹੇ ਹੀਰੇ ਕਾਮਾਂ ਰੱਖਿਆ ਏ ਜਿਵੇਂ ਕਰੇ ਤੂੰ ਮਿੰਤਾ ਜ਼ਾਰੀਆਂ ਨਹੀਂ ਵਾਰਸ ਨੇਕ ਨਸੀਬ ਨੇ ਆਸ਼ਕਾਂ ਦੇ ਗੱਲਾਂ ਵਿਗੜੀ ਨਾ ਰੱਬ ਸਵਾਰੀਆਂ ਨਹੀਂ ਤੇ ਫੇਰ ਹੀਰ ਰੰਝੇਟੇ ਦੇ ਕੋਲ ਆਈ ਓਨੂੰ ਦੇਵਣੇ ਬਹੁਤ ਦਲਾਸੜੇ ਤੇ ਮੱਖਣ ਖੰਡ ਪਰਾਠੇ ਖਾ ਮੀਆਂ ਮੱਝੀ ਛੇੜਦੇ ਰੱਬ ਦੇ ਆਸਰੇ ਤੇ ਤੇ ਹੁਣ ਗੱਬਰੂ ਰਾਂਝਿਆ ਜਾਣ ਜਾਣੀ ਤੇ ਗੁਜ਼ਰਾ ਗੁਜ਼ਰ ਆਫਸੀ ਦੁੱਧ ਦੇ ਕਾਸੜੇ ਤੇ ਹੀਰ ਆਖਿਆ ਰਬ ਰਜ਼ਾਕ ਤੇ ਤੇਰਾ ਮੀਆਂ ਜਾਈ ਨਾ ਲੋਕਾਂ ਦੇ ਆਸੜੇ ਤੇ ਮੈਂ ਤਾਂ 60 ਸਹੇਲੀਆਂ ਨਾਲ ਲੈ ਕੇ ਤੇ ਕੈੜ ਰਖਸਾਂ ਸਾਹ ਉਬਾਸੜੇ ਤੇ ਹਾਂਜੀ ਕਿ ਜੇ ਤੂੰ ਅਬਾਸੜ ਜਾਏ ਪਰੇਸ਼ਾਨ ਹੋਵੇਂ ਮੈਂ ਤੇ ਸੱਠਾਂ ਸਹੇਲੀਆਂ ਦੇ ਨਾਲ ਤੇਰੀ ਕੈੜ ਰੱਖਾਂਗੀ ਤੇਰਾ ਪਤਾ ਰੱਖਾਂਗੀ ਪਿੱਛੇ ਮੈਂ ਤਾਂ 60 ਸਹੇਲੀਆਂ ਨਾਲ ਲੈ ਕੇ ਕੈੜ ਰਕਸਾਂ ਸਾ ਉਬਾ ਸੜੇ ਤੇ ਤੇਰੇ ਨਾਲ ਜ਼ਫੀਕ ਸ਼ਫੀਕ ਹੋ ਕੇ ਨਜ਼ਰ ਪਾਸਾਂ ਖੋਜਦੇ ਘਸੜੇ ਤੇ ਤੇ ਮੱਜੀ ਛੇੜਦੇ ਝਲ ਦੇ ਵਿੱਚ ਦਿਲਬਰ ਆਪ ਹੋ ਬਵੀ ਇੱਕ ਪਾਸੜੇ ਤੇ ਵਾਰਸ ਰੱਬ ਨੇ ਕੰਮ ਬਣਾ ਦਿੱਤਾ ਪਰ ਉਮਰ ਨਕਸ਼ ਪਤਾ ਸੜੇ ਤੇ ਵਾਹ ਤੇ ਲਿਖਦੇ ਨੇ ਕਿ ਜਦੋਂ ਬੇਲੇ ਦੇ ਅੰਦਰ ਬੇਲੇ ਰੱਬ ਦਾ ਨਾਮ ਲੈ ਜਾ ਵੜਿਆ ਹੋਇਆ ਧੁੱਪ ਦੇ ਨਾਲ ਜ਼ਾਹਿਰ ਮੀਆਂ ਉਹਦੀ ਨੇਕ ਸਾਥ ਰਜੂ ਆਣ ਹੋਈ ਮਿਲੇ ਰਾਜਾਂਦੇ ਪੰਜ ਪੀਰ ਮੀਆਂ ਹੋਈ ਕਹਾਣੀ ਬੁੱਤ ਤਰੂ ਦੀ ਪੰਜ ਪੀਰ ਪੰਜ ਹਵਾਸ ਤੇਰੇ ਜਿਸ ਥਾਪਣਾ ਤੋਂ ਤਦ ਨੂੰ ਲਾਇਆ ਅੱਗ ਪਾਣੀ ਹਵਾ ਮਿੱਟੀ ਤੇ ਰੂਹ ਪੰਜ ਪੀਰ ਬੇਲੇ ਰੱਬ ਦਾ ਨਾਮ ਲੈ ਜਾ ਵੜਿਆ ਹੋਇਆ ਧੁੱਪ ਦੇ ਨਾਲ ਜ਼ਹੀਰ ਮੀਆਂ ਉਹਦੀ ਨੇਕ ਸਾਥ ਰਜਵਾਨ ਹੋਈ ਮਿਲੇ ਜਾ ਜਾਂਦੇ ਪੰਜ ਪੀਰ ਮੀਆਂ ਰਾਂਝਾ ਵੇਖ ਕੇ ਤਵਾ ਫਰਿਸ਼ਤਿਆਂ ਦੀ ਤੇ ਪੰਝਾ ਪੀਰਾਂ ਦੀ ਪਕੜਿਆ ਧੀਰ ਮੀਆਂ ਬੱਚਾ ਖਾ ਚੂਰੀ ਚੋ ਮਜਬੂਰੀ ਜੀਉ ਵਿੱਚ ਨਾ ਹੋ ਦਿਲਗੀਰ ਮੀਆਂ ਤੇ ਰੱਬ ਕਾਜ ਸਵਾਰ ਸੀ ਆਪ ਤੇਰੇ ਰੱਬ ਕਾਜ ਸਵਾਰ ਸੀ ਆਪ ਤੇਰੇ ਕੋਈ ਤਦ ਨਾ ਹੋਸੀ ਭੀੜ ਮੀਆਂ ਤੁਸਾਂ ਤਰੁੱਠਿਆਂ ਕੁੱਲ ਜਹਾਨ ਤਰਦਾ ਮੇਰਾ ਤੁਸੀਂ ਹੋ ਦਸਤਗੀਰ ਮੀਆਂ ਤੇ ਆਖੇ ਨੱਡੜੀ ਸੋਣੀ ਕਰੋ ਬਖਸ਼ਿਸ਼ ਆਖੇ ਆਖੇ ਨੱਡੜੀ ਸੋਣੀ ਇਹ ਕਰੋ ਬਖਸ਼ਿਸ਼ ਨਾਲ ਰੱਬ ਦੇ ਤੁਸਾਂ ਹੈ ਸਿਰ ਮੀਆਂ ਕੀਤੀ ਅਰਜ਼ ਫਿਰ ਸਤ ਸलाम ਕਰਕੇ ਤੇ ਮੈਨੂੰ ਚੋਬ ਹੈ ਵਿੱਚ ਸਰੀਰ ਮੀਆਂ ਹਾਸਲ ਹੋਵਸਣ ਸਭ ਮਕਸੂਦ ਤੇਰੇ ਤੇ ਪੌਸੀ ਠੀਕ ਨਿਸ਼ਾਨੇ ਤੇ ਤੀਰ ਮੀਆਂ ਬੇੜਾ ਪਾਰ ਥੀ ਸੀ ਫਜ਼ਲ ਰੱਬ ਕਰ ਸੀ ਜੀਉ ਹੋਵਣਾ ਏ ਕਿਉਂ ਹੋਵਣਾ ਏ ਡ ਜ਼ਹੀਰ ਮੀਆਂ ਛਾਵੇਂ ਰੁੱਕਦੇ ਬੈਠ ਕੇ ਸ਼ੌਕ ਸੇਤੀ ਤੇ ਸਦ ਲਾਮ ਦਾ ਵਾਂਗ ਫਕੀਰ ਮੀਆਂ ਮੈਨੂੰ ਹੀਰ ਦਾ ਇਸ਼ਕ ਹੈ ਹੀਰ ਬਖਸ਼ੋ ਉਸ ਰੱਬ ਦੇ ਤੁਸੀਂ ਅਮੀਰ ਮੀਆਂ ਤੇ ਬਖਸ਼ੀ ਹੀਰ ਦਰਗਾਹ થી ਤੁਦ ਤਾਈ ਪੰਆ ਪੰਆ ਪੀਰਾਂ ਨੇ ਹੀਰ ਰਾਜੇ ਨੂੰ ਬਖਸ਼ ਦਿੱਤੀ ਕਹਿੰਦੇ ਬਖਸ਼ੀ ਹੀਰ ਦਰਗਾਹ થી ਤੁਦ ਤਾਈ ਸਾਨੂੰ ਯਾਦ ਕਰੀ ਪਵੇਂ ਭੀੜ ਮੀਆਂ ਮੇਰ ਨਾਲ ਪੰਜਾਂ ਪੀਰਾਂ ਬਖਸ਼ ਦਿੱਤੀ ਖਾਦਮ ਹੋ ਗਈ ਜੱਟੀ ਹੀਰ ਮੀਆਂ ਤੇ ਤੇਰੇ ਦਿੱਠਿਆਂ ਬਾਜ ਨਾ ਪਲਕ ਰਹੀ ਸੀ ਤੇਰੇ ਦਿੱਠਿਆਂ ਤੇਰੇ ਦਿੱਠਿਆਂ ਬਾਜ ਨਾ ਪਲਕ ਰਹੀ ਸੀ ਤੇਰੇ ਦਿੱਠਿਆਂ ਬਾਜ ਨਾ ਪਲਕ ਰਹੀ ਸੀ ਆਸੀ ਝੱਲ ਕੇ ਬੇਲੜੇ ਚੀਰ ਮੀਆਂ ਵਾਰਿਸ شاہ ਜਾਂ ਨੇਕ ਨਸੀਬ ਹੋਵਣ ਮਦਦ ਪੀਰ ਫਕੀਰ ਅਮੀਰ ਮੀਆਂ ਤੇ ਇਹ ਦੋਸਤੋ ਬੈਲਗੋ ਮਿੱਤਰ ਅੱਜ ਦੀ ਛੇਵੀਂ ਕਿਸ਼ਤ ਇਸ ਤੋਂ ਅੱਗੇ ਇਨਸ਼ਾਅੱਲਾ ਤਾਲਾ ਫਿਰ ਕਿਵੇਂ ਰਾਂਜਾ ਬੇਲੇ ਚ ਮੱਜਾਂ ਥਿਆਰਦਾ ਤੇ ਹੀਰ ਕਿਵੇਂ ਜਿਹੜਾ ਉਹ ਪਤਾ ਉਹਦੇ ਲਈ ਚਿਉਰੀ ਲੈ ਕੇ ਜਾਂਦੀ ਏ ਤੇ ਅੱਗੋਂ ਫਿਰ ਕੀ ਮਾਮਲੇ ਪੇਸ਼ ਹੁੰਦੇ ਨੇ ਅਗਲੀਆਂ ਕਿਸ਼ਤਾਂ 'ਚ ਇਨਸ਼ਾਅੱਲਾ ਅਸੀਂ ਜਨਾਬ ਦੀ ਸੇਵਾ ਦੇ ਵਿੱਚ ਪੇਸ਼ ਕਰਦੇ ਰਵਾਂਗੇ ਇਹ ਸਾਰਾ ਜਨਾਬ ਅੱਜ ਛੇਵੀਂ ਛੇਵੀਂ ਕਿਸ਼ਤ ਹੋ ਗਈ ਜੀ ਜੀ ਤੇ ਸਾਰੇ ਸੱਜਣ ਮਿੱਤਰ ਜਿੰਨੇ ਵੀ ਸਾਡੇ ਵੇਖਣ ਆ ਲੈਨੇ ਨਾ ਇਹ ਇਸ ਕੱਲ ਅਸਾਂ ਫਿਰ ਇਨਸ਼ਾਅੱਲਾ ਮਾਂ ਬੋਲੀ ਜ਼ੁਬਾਨ ਨਾਲ ਜਿਹੜੇ ਲੋਕ ਪਿਆਰ ਕਰਦੇ ਨੇ ਜਿਹੜੇ ਮਾਂ ਬੋਲੀ ਬੋਲਦੇ ਨੇ ਉਹਨਾਂ ਸਾਰਿਆਂ ਨੂੰ ਅਗਲੀ ਕਿਸ਼ਤੇ 'ਚ ਮਿਲਾਂਗੇ ਹੁਣ ਕੱਲ ਅੱਲਾ ਦਾ ਰੱਬ ਰੱਖਾ ਰੱਬ ਰੱਖਾ ਜੀ ਜਿੰਦੇ ਵਾਸਤੇ ਰੋ